ਉੱਥੋਂ ਆਏ ਹਾਂ ਰਾਈਟ ਥੱਲਿਓ ਐਂਡ ਆਹ ਵਿਊ ਆ ਆਈ ਕੈਨ ਫੀਲ ਜੋ ਮੇਰੀ 10 ਸਾਲ ਦੀ ਦਾਨੀ ਹੋ ਜੂ ਤਾਂ ਕਿੰਨਾ ਵੇਟ ਹੋ ਕਿੱਥੇ ਜਾਣਾ ਮੈਡਮ ਬੋਟ ਚ ਕਿਸੇ ਨੇ ਵੀ ਆਉਣਾ ਐਟ ਲੀਸਟ 15 ਟੂ 20 ਡੇਜ਼ ਲੈ ਕੇ ਆਓ ਯਾਰ ਮੈਨੂੰ ਨਾ ਇੱਥੇ ਬੜੀ ਇੰਪੋਰਟੈਂਸ ਦਿੰਦੇ ਸਾਰੇ ਜਣੇ लाइक जो आक भी आ जाएंगे सर आप यूट्यूबर हो सर आप ऐसे हो सर हमारी फोटो खींच दो हमें वीडियो में ले लो आप भी हम गड्डी चला लिए दुबई के बीच देख रहे हैं हैप्पी बर्थडे टू यू हाय एवरीवन सो आज का व्लॉग मैनू नहीं पता सी किथे जा रहे हैं किथे नहीं Surprise. मैं जा रहा अपने फ्रेंड दे नाल ओ मैनू पिक कर रहा ते किथे लेके जांदा किथे नहीं सानू नहीं पता आई थिंक वो पहला तो पहाड़ों से लैके चलिया दुबई के आई थिंक पता नहीं पहली बार सुनया दुबई के पहाड़ सो देखते हैं की आ की नहीं कितने कितने चले हैं अज्ज तो मेरा क्लासमेट सीगा कॉलेज वो इतने रहा वा तो उन्होंने मिलने चले हैं तो वाइफ भी होगी वो बेटी भी होगी सो देखते हैं वाओ जिथे भी जा रहे हैं बस सारा कुछ वाओ ही है वाओ सीख लिया वाओ ਨਵਾਂ ਵਰਡ ਸਿੱਖਿਆ ਨੇ ਵਾਓ ਸੋ ਚਲੋ ਮਿਲਦੇ ਹਾਂ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਜ ਕਿੱਥੇ ਕਿੱਥੇ ਗਏ ਕੀ ਕੀਤਾ ਅੱਜ ਦਾ ਵਲੌਗ ਲੱਗ ਸਰਾ ਹੋਊਗਾ ਦਾਨੀ ਦਾਨੀ ਸਿੱਧੂ ਮੂਸੇ ਵਾਲਾ ਸੁਣਦਾ ਸਿੱਧੂ ਮੂਸੇ ਵਾਲਾ ਸੁਣਦਾ ਸੋ ਆਪਾਂ ਚੱਲੇ ਆਪਣੇ ਦੋਸਤ ਕੋਲੇ ਕਿਉਂ ਵੀ ਰਮਨ ਕੀ ਸੀ ਨਾ ਨਹੀਂ ਕੀ ਸੀ ਨਾ ਸਾਨੂੰ ਨਹੀਂ ਪਤਾ ਅਸੀਂ ਕਿੱਥੇ ਜਾਣਾ ਅੱਜ ਪਰ ਮੈਡਮ ਕਹਿੰਦੀ ਜੇ ਪਹਾੜਾਂ 'ਚ ਗਏ ਆਪਾਂ ਤਾਂ ਭੰਗੜਾ ਪਾਉਣਾ ਹੈ ਨਾ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਕੇ ਪੂਰਾ ਨੱਚਣਾ ਕਹਿੰਦੀ ਸਹੀ ਗੱਲ ਰੇਤੇ ਰੁੱਤੇ ਵਾਲੀ ਹੋਣੇ ਇੱਥੇ ਕਿਹੜਾ ਨੀਚੇ ਰੋਣੀ ਆ ਬਾਕੀ ਦੇਖਦੇ ਹਾਂ ਪਤਾ ਨਹੀਂ ਕਿੱਦਾਂ ਦਾ ਕਿੱਦਾਂ ਨਹੀਂ ਇੱਕ ਇੰਨਾ ਸਾਨੂੰ ਪਤਾ ਉੱਥੇ ਇੱਕ ਰੋਲਰ ਕੋਸਟਰ ਆ ਔਨਲਾਈਨ ਦੇਖਿਆ ਉਹ ਕਹਿੰਦੇ ਬੜਾ ਫੇਮਸ ਆ ਬਟ ਅਸੀਂ ਲੈਣਾ ਨਹੀਂ ਚਲੋ ਦੇਖਦੇ ਹਾਂ ਮੈਂ ਤਾਂ ਲੈ ਸਕਦਾ ਜੇ ਨਾਲ ਹੋਵੇ ਫੁਜੈਰਾ ਪਤਾ ਨਹੀਂ ਕੀ ਆ ਫੁਜੈਰਾ ਨਾਮ ਤਾਂ ਸੋਹਣਾ ਜਿਹਾ ਲੱਗਦਾ ਫੁਜੈਰਾ ਚਲੋ ਤੁਹਾਨੂੰ ਰਸਤਾ ਵੀ ਦਿਖਾਉਂਦੇ ਆ ਇੱਥੋਂ 1.5 ਘੰਟੇ ਦਾ ਰਾਹ ਵਾ ਅਤੇ ਸਾਡੇ ਹੋਟਲ ਤੋਂ 2.5 ਘੰਟੇ ਦਾ ਰਾਹ ਸੀਗਾ ਸੋ ਅਸੀਂ ਮੈਟਰੋ ਦੇ ਸੈਂਟਰ ਪੁਆਇੰਟ ਆ ਗਏ ਸੈਂਟਰ ਪੁਆਇੰਟ ਤੋਂ 1.5 ਘੰਟੇ ਦਾ ਰਾਹ ਵਾ ਸੋ ਆਪਾਂ ਉੱਥੇ ਚੱਲੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਕੀ ਮਾਹੌਲ ਆ ਕੀ ਨਹੀਂ ਆਹ ਲਓ ਜੀ ਇੱਥੋਂ ਹੋ ਗਏ ਪਹਾੜ ਸ਼ੁਰੂ ਇਹਨਾਂ ਦੇ ਦੁਬਈ ਵਾਲਿਆਂ ਦੇ ਨੇਚਰ ਘੱਟ ਆ ਬਟ ਅਜੇ ਬਾਕੀ ਅੱਗੇ ਜਾ ਕੇ ਦੇਖਦੇ ਹਾਂ ਇੱਥੋਂ ਸ਼ੁਰੂ ਹੋਏ ਨੇ ਹੁਣ ਆਪਾਂ ਇੱਥੇ ਰੁਕਦੇ ਹਾਂ ਕੁਛ ਖਾਣੇ ਪੀਣੇ ਆ ਫਿਰ ਆਪਾਂ ਘੁੰਮਦੇ ਹਾਂ ਕੁਛ ਕਿੱਥੇ ਪਹੁੰਚ ਗਏ ਆਪਾਂ ਸ਼ੀਸ਼ ਕਿੱਥੇ ਪਹੁੰਚ ਗਏ ਆਪਾਂ ਮਾਊਂਟੇਨ ਮਾਊਂਟੇਨ 'ਚ ਪਹੁੰਚ ਗਏ ਸੀ ਤੂੰ ਨਹੀਂ ਕਹਿ ਸਕਦਾ ਤੂੰ ਨਹੀਂ ਕਹਿ ਸਕਦਾ ਬੁੱਤ ਮੈਂ ਪਿੰਕ ਵਾਲਾ ਲੈ ਕੇ ਆਉਂਗੀ ਤੁਸੀਂ ਬੋਲ ਚ ਪਿੰਕ ਵਾਲਾ ਕੀ ਲੈ ਕੇ ਆਉਣਾ ਪਿੰਕ ਵਾਲਾ ਦੂਜਾ ਕੈਮਰਾ ਹਾਂ ਉਹ ਲੈ ਆਵਾਂਗੇ ਦੂਜਾ ਕੈਮਰਾ ਛੋਟਾ ਵਾ ਹਾਂ ਜੀ ਇਹ ਮੇਰਾ ਤੁਸੀਂ ਪਿੰਕ ਵਾਲਾ ਲੈ ਲਿਓ ਹਾਂ ਪਿੰਕ ਵਾਲਾ ਲੈ ਲਿਓ ਆਹ ਦੇਖੋ ਇਧਰਲੀ ਸਾਈਡ ਪਹਾੜ ਨੇ ਐਂਡ ਸਾਹਮਣੇ ਦੇਖੋ ਬੀਚ ਆਹ ਦੇਖੋ ਬੀਚ ਨਾਲ ਹੀ ਵਿਲੇ ਤੇ ਨਾਲ ਹੀ ਉੱਥੇ ਸਮੁੰਦਰ ਐਂਡ ਇੱਧਰ ਮਾਊਂਟੇਨਸ ਹੁਣ ਆਪਾਂ ਇੱਕ ਵਿਊ ਪੁਆਇੰਟ 'ਤੇ ਪਹੁੰਚੇ ਹਾਂ ਜਿਹੜਾ ਪਹਾੜ ਦੇ ਬਿਲਕੁਲ ਟੌਪ 'ਤੇ ਆ ਬਹੁਤ ਸੋਹਣਾ ਬਣਿਆ ਹੋਇਆ
ਐਂਡ ਇਹ ਤੋਂ ਸਾਰਾ ਕੁਛ ਦਿਖਦਾ ਥੱਲੇ ਤੁਹਾਨੂੰ ਦੇਖੋ ਨਾ ਜਸਟ ਚੈੱਕ ਦਿਸ ਅਸੀਂ ਉੱਥੋਂ ਆਏ ਹਾਂ ਰਾਈਟ ਥੱਲਿਓਂ ਐਂਡ ਆਹ ਵਿਊ ਆ ਸਾਰਾ ਬਣਿਆ ਹੋਇਆ ਉਹ ਤੇਲ ਨਿਕਲਦਾ ਉੱਥੇ ਪਤਾ ਨਹੀਂ ਕੀ ਨਿਕਲਦਾ ਮੁੰਡੇ ਕਹਿੰਦੇ ਸੀ ਕਹਿੰਦੇ ਇੱਥੇ ਤੇਲ ਤੂਲ ਨਿਕਲਦਾ ਅਤੇ ਆਹ ਵਿਊ ਪੁਆਇੰਟ ਬਣਿਆ ਹੋਇਆ ਆਹ ਤਾਂ ਸਾਡੀ ਗੇੜੀ ਰੂਟ ਜਾਂ ਨਹੀਂ ਜਿਵੇਂ ਹੁੰਦਾ ਵੀ ਇੱਥੇ ਗੇੜੀ ਲਾਉਣ ਆਉਂਦੇ ਆ ਚਲੋ ਅੰਦਰ ਦਿਖਾਈਏ ਤੁਹਾਨੂੰ ਅੰਦਰੋਂ ਕਿਵੇਂ ਬਣਿਆ ਅਤੇ ਨਾਲੇ ਕੁਛ ਖਾਈਏ ਪੀਏ ਇੱਥੇ ਅਤੇ ਬੱਚਿਆਂ ਦੇ ਖੇਡਣ ਨੂੰ ਬਣਿਆ ਹੋਇਆ ਦੱਸੋ ਪਹਾੜਾਂ 'ਤੇ ਯਾਰ ਐਂ ਕੌਣ ਬਣਾਉਂਦਾ ਕਿੰਨੀ ਸੋਹਣੀ ਸਵਿੰਗ ਬਸ ਇਹ ਵਿਊ ਪੁਆਇੰਟ ਹੀ ਹੈ ਇੱਥੇ ਲਾਈਕ ਲੋਕ ਵਿਊ ਦੇਖਣ ਹੀ ਆਉਂਦੇ ਆ ਇੱਧਰ ਹਜੇ ਬਣਦਾ ਲੱਗਦਾ ਕੁਛ ਸੀ ਇੱਥੇ ਬਾਹਰ ਬੈਠ ਕੇ ਖਾਣ ਨੂੰ ਉਹ ਦੇ ਸਾਡੇ ਸਾਰੇ ਦੋਸਤ ਖੜ੍ਹੇ ਕੀ ਹੋਇਆ ਤੈਨੂੰ ਕੀ ਹੋਇਆ ਗੋਦੀ ਚਾਚ ਦੀ ਗੋਦੀ ਆਉਣਾ ਚੱਕਦਾ ਮੈਂ ਹੈਪੀ ਆਈ ਕੈਨ ਫੀਲ ਜੋ ਮੇਰੀ 3 ਸਾਲ ਦੀ ਦਾਨੀ ਹੋ ਜੂ ਤਾਂ ਕਿੰਨਾ ਵੇਟ ਹੋ ਸੈਨੀਟਾਈਜ਼ਰ ਲਾ ਕੇ ਸੈਨੀਟਾਈਜ਼ਰ ਲਾ ਕੇ ਬਹੁਤ ਮਜ਼ਾ ਆਇਆ ਸੋ ਆ ਬੈਠਿਆ ਬੈਠਣ ਨੂੰ ਬਣਿਆ ਹੋਇਆ ਅੰਦਰ ਢੱਡ ਅੰਦਰ ਹੁਣ ਅਸੀਂ ਇੱਥੋਂ ਨਿਕਲੇ ਹਾਂ ਐਂਡ ਹੁਣ ਅਸੀਂ ਚੱਲੇ ਹਾਂ ਹਾਰਟ ਬੀਚ 'ਤੇ ਅਤੇ ਫੂਡ ਅੱਛਾ ਸੀਗਾ ਹਾਰਟ ਬੀਚ 'ਤੇ ਵੀ ਦਿਲ ਬੀਚ ਦਿਲ ਵਾਲੀ ਬੀਚ ਦਿਲਾਂ ਦੀ ਬੀਚ ਆ ਉੱਥੇ ਕਹਿੰਦੇ ਦਿਲਾਂ ਦੇ ਰਾਜੇ ਚੱਲੇ ਨੇ ਉੱਥੇ ਦੇਖਦੇ ਹਾਂ ਕੀ ਮਿਲਦਾ ਨਵੀਆਂ ਚੀਜ਼ਾਂ ਨੇ ਐਕਸਪਲੋਰ ਕਰਨ ਲਈ ਉਹਨਾਂ ਸਾਹਿਬ ਲੈ ਕੇ ਜਾ ਰਹੇ ਨੇ ਸਾਨੂੰ ਨਹੀਂ ਨਹੀਂ ਹਾਰਟ ਨਹੀਂ HART ਨਹੀਂ ਦਿਲ ਵਾਲੀ ਬੀਚ ਦਾਨੀ ਨੂੰ ਅਤੇ ਸ਼ੀਸ਼ ਨੂੰ ਸਾਂਭ ਕੇ ਦੋਨੇ ਮਾਮਾ ਥੱਕ ਚੁੱਕੀਆਂ ਨੇ ਉਹਦੀਆਂ ਮਿਹਨਤਾਂ ਕਰਦੀਆਂ ਉਹਦੇ ਬੱਚਿਆਂ ਦੀਆਂ ਕਹਿੰਦੇ ਸੌਂ ਜਾਓ ਸੋ ਦਿਸ ਇਜ਼ MP ਥੀਏਟਰ ਥੋੜ੍ਹੇ ਰੋਮਨ ਸਟਾਈਲ 'ਚ ਬਣਾਇਆ ਹੋਇਆ ਐਂਡ ਇਹਦੇ ਨਾਲ ਹੀ ਵਾਟਰਫਾਲ ਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਸੋ ਦਿਸ ਇਜ਼ ਅ ਵਾਟਰਫਾਲ ਆਪਾਂ ਚੱਲੇ ਸੀ ਬੀਚ 'ਤੇ ਅਤੇ ਬੀਚ ਸਾਡੇ ਬਿਲਕੁਲ ਲੈਫਟ ਸਾਈਡ 'ਤੇ ਆ ਐਂਡ ਡਿਊ ਟੂ ਸ਼ੋਰਟੇਜ ਆਫ ਟਾਈਮ ਮੈਂ ਕਿਹਾ ਵੀ ਆਪਾਂ ਕਿਸੇ ਹੋਰ ਜਗ੍ਹਾ 'ਤੇ ਚੱਲਦੇ ਹਾਂ ਕਿੱਥੇ ਟਲਦੀ ਆ ਰਮਨ ਤੁਹਾਨੂੰ ਸਭ ਨੂੰ ਪਤਾ ਇਹਦੀ ਗਰਾਰੀ ਕਹਿੰਦੀ ਮੈਂ ਤਾਂ ਬੀਚ 'ਤੇ ਜਾਣਾ ਹੀ ਜਾਣਾ ਸੋ ਵੀ ਆਰ ਐਟ ਦ ਬੀਚ ਆਹ ਬਿਲਕੁਲ ਓਪੋਜ਼ਿਟ ਸਾਈਡ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਰੋਮਨ ਟਾਈਪ ਬਣਿਆ ਹੋਇਆ ਹੈ ਨਾ ਉਹ ਸਾਹਮਣੇ ਜੋ ਤੁਹਾਨੂੰ ਦਿਖਾਇਆ ਵਾਟਰਫਾਲ ਐਂਡ ਇਹਦੇ ਬਿਲਕੁਲ ਓਪੋਜ਼ਿਟ ਹੈਗਾ ਵਾ ਬੀਚ ਦਿਸ ਇਜ਼ ਅ ਬੀਚ ਹੇਅਰ ਵੀ ਆਰ ਸੋ ਆਹ ਵਾ ਬੀਚ ਹੈ ਦਾਨੀ ਸੌਂਗੀ ਉਹ ਦੇਖੋ ਰੂਮ ਵੀ ਜਾ ਸਹੀ ਉੱਠ ਗਿਆ ਇਹ ਸੁੱਤਾ ਪਿਆ ਹੁਣ ਇਹਨੇ ਲਾਈਟ ਲਾ ਦੀਆਂ ਉਹ ਦੇਖੋ ਹੁਣ ਇੱਥੇ ਵੀ ਲਾਈਟ ਲੱਗ ਗਈਆਂ ਰੋਮਨ ਵਾਲਿਆਂ ਦੇ ਕਿੱਥੇ ਜਾਣਾ ਮੈਡਮ ਬੋਟ 'ਚ ਬੋਟ 'ਚ ਜਾਣਾ ਦੇਖੋ ਬੱਚੇ ਇੰਜੋਏ ਕਰਦੇ ਆ ਸਮਝ ਵੀ ਕੀ ਲਿਖਿਆ ਹੋਇਆ ਆਪਾਂ ਇੱਥੇ ਆਏ ਹਾਂ ਨਹੀਂ ਸਮਝੇ ਹਜੇ ਵੀ ਨਹੀਂ ਸਮਝੇ ਹੁਣ ਸਮਝੋ ਕਿੱਥੇ ਆਏ ਹੁਣ ਆਪਾਂ ਆਏ ਹਾਂ ਪੀਜ਼ਾ ਹੱਟ ਹਾਂਜੀ ਸਾਹਿਬ ਜੀ ਕੀ ਖਵਾ ਰਹੇ ਹੋ ਅੱਜ ਕੀ ਖਵਾ ਰਹੇ ਆ ਖਵਾਉਣ ਲੱਗਿਆ ਮੈਨੂੰ ਪੀਜ਼ਾ ਆ ਦੇਖ ਲਓ ਇੱਥੇ ਰਹਿੰਦੇ ਨੇ ਇਹਨੂੰ ਕਿੰਨਾ ਟਾਈਮ ਹੋ ਗਿਆ ਹਜੇ ਵੀ ਇੰਗਲਿਸ਼ ਨਹੀਂ ਆਈ ਭਾਈ ਅਸੀਂ ਪੰਜਾਬੀ ਬੰਦੇ ਚੰਗੇ ਦੇਸੀ ਬੰਦੇ ਚੰਗੇ ਆ ਅਸੀਂ 36 ਦਾ ਆਨਸਰ ਨੋ 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 ਵੇਟ ਕੀ ਫੇਮਸ ਹੈ ਇਥੋਂ ਦਾ ਨਾ ਹੁਣ ਮੈਂ ਤਾਂ ਆਪਣਾ ਲੈ ਯਾਰ ਇਥੋਂ ਦਾ ਪੀਜ਼ਾ ਥੋੜਾ ਜਿਆਦਾ ਮੋਟਾ ਨਹੀਂ ਓਹੋ ਦੇਖੋ ਕਿੰਨਾ ਜਿਆਦਾ ਮੋਟਾ ਚਲੋ ਟਰਾਈ ਕਰਦੇ ਆ
ਰੈਂਚ ਪੀਜ਼ਾ ਇਹਨਾਂ ਦਾ ਪੀਜ਼ਾ ਹੱਟ ਦਾ ਪੀਜ਼ਾ ਹੱਟ ਤੋਂ ਪੀਜ਼ਾ ਤਾਂ ਖਾ ਲਿਆ ਐਂਡ ਬਟ ਮੈਂ ਖਾਧੇ ਦੋ ਸਲਾਈਸ ਖਾਧੇ ਆ ਮਤਲਬ ਜ਼ਿਆਦਾ ਵਧੀਆ ਨਹੀਂ ਲੱਗਿਆ ਮੈਨੂੰ ਕਿਉਂਕਿ ਬਹੁਤ ਫਲੱਫੀ ਆ ਸੀਗਾ ਐਂਡ ਐਕਚੁਲੀ ਉਹਦੇ ਮਿਲੀ ਆ ਫਰੈਸ਼ ਔਰੇਂਜ ਜੂਸ ਸੋ ਇੱਥੇ ਫਰੈਸ਼ ਔਰੇਂਜ ਜੂਸ ਵੀ ਮਿਲਦਾ ਪੀਜ਼ਾ ਹੱਟ 'ਚ ਵੈਰੀ ਗੁੱਡ ਹੁਣ ਆਪਾਂ ਆਏ ਹਾਂ ਸੀਸ ਪਾਰਕ ਇਹ ਮਸਜਿਦ ਆ ਸੀਸ ਪਾਰਕ ਮਸਜਿਦ ਸੋ ਆਪਾਂ ਚੱਲੇ ਹਾਂ ਇੱਧਰ ਸੀਸ ਪਾਰਕ ਕੋਲੋਂ ਐਵੇਂ ਦੀ ਹੁੰਦੀ ਹੈ ਮਸਜਿਦ ਉਹ ਜੀ ਚੱਲੀਏ ਸੀਸ ਪਾਰਕ ਮੈਨੂੰ ਕੋਈ ਵੀ ਆਈਡੀਆ ਨਹੀਂ ਕਿਵੇਂ ਦੀ ਆ ਕੀ ਸਿਸਟਮ ਆ ਇਹ ਸਾਰਿਆਂ ਨੂੰ ਪਤਾ ਬੋਲੇ ਕਿੰਨੇ ਰੁਪਏ ਲੈ ਰਿਹਾ ਇਹ 5 ਦਰਾਮ ਪਰ ਪਰਸਨ ਸੋ ਇਹ ਪਾਰਕ ਦੀ ਕੀ ਖਾਸੀਅਤ ਆ ਇਹ ਪਾਰਕ ਬਣਿਆ ਸਾਰੇ ਪਹਾੜਾਂ ਦੇ ਵਿੱਚ ਮਤਲਬ ਚਾਰੇ ਪਾਸੇ ਪਹਾੜ ਨੇ ਇਹਦੇ ਇਹ ਸਾਰਾ ਪਾਰਕ ਬਣਿਆ ਹੋਇਆ ਇਹਦੇ ਵਿੱਚ ਦਿਸ ਇਜ਼ ਜਸਟ ਅ ਪਾਰਕ ਫੋਰ ਪਲੇਇੰਗ ਚਲੋ ਜੀ 10 ਸਾਲ ਤੋਂ ਥੱਲੇ ਥੱਲੇ ਵਾਲੇ ਬੱਚੇ ਆ ਸਕਦੇ ਆ 7 ਸਾਲ ਤੋਂ ਛੋਟੇ ਮਾਂ ਪਿਓ ਨਾ ਆਉਣ ਸੋ ਆਹ ਦੇਖੋ ਉਹ ਸੋਹਣੀ ਪਾਰਕ ਬਣਾਈ ਹੋਈ ਆ ਸਾਰੇ ਆਏ ਆਪਦੀਆਂ ਛੁੱਟੀਆਂ ਮਨਾਉਣ ਨੂੰ ਲੱਗਦਾ ਆਹ ਦੇਖੋ ਵੈਰੀ ਨਾਈਸ ਮਾਊਂਟੇਨ ਵਾਕਵੇ ਥੀਏਟਰ ਇੱਥੇ ਚੱਲੀਏ ਮੈਡਮ ਜੀ ਕਹਿੰਦੇ ਮੈਂ ਥੋੜ੍ਹਾ ਜਿਹਾ ਕਾਰਡੀਓ ਕਰਨਾ ਇਹ ਕਹਿੰਦੀ ਮੈਂ ਇੱਥੋਂ ਐਂ ਜਾ ਕੇ ਉਹ ਪਤਾ ਨਹੀਂ ਕਿੱਥੇ ਤੱਕ ਜਾਣਾ ਇਹਨੇ ਚਲੋ ਲੱਛੀ ਚਲੋ ਰਮਨ ਚੱਲੀਏ ਫਿਰ ਅੱਜ ਦੇਖਦੇ ਹਾਂ ਤੇਰਾ ਕਾਰਡੀਓ ਹੁਣ ਅਸੀਂ ਪਹੁੰਚ ਗਏ ਬਿਲਕੁਲ ਉੱਪਰ ਸੋ ਆ ਬਿਲਕੁਲ ਉੱਪਰ ਪਹੁੰਚ ਗਏ ਅਸੀਂ ਐਂਡ ਉੱਪਰੋਂ ਪਾਰਕ ਦੇਖੋ ਪਾਰਕ ਦਾ ਕਿੰਨਾ ਸੋਹਣਾ ਵਿਊ ਬੱਚਿਆਂ ਦੇ ਘੁੰਮਣ ਲਈ ਬਹੁਤ ਵਧੀਆ ਆ ਸਾਰੀਆਂ ਰਾਈਡਸ ਨੇ ਆ ਸਾਰੇ ਪਹਾੜ ਨੇ ਆ ਦੇਖੋ ਸਾਰੇ ਪਾਸੇ ਮਾਊਂਟੇਨਸ ਇਹ ਮਾਊਂਟੇਨਸ ਦੇ ਵਿਚਾਲੇ ਬਣਾਇਆ ਹੋਇਆ ਸੀ ਐਂਡ ਈਵਨਿੰਗ 'ਚ ਕਿੰਨਾ ਸੋਹਣਾ ਵਿਊ ਲੱਗ ਰਿਹਾ ਇੱਥੇ ਨਾਈਸ ਚਲੋ ਹੁਣ ਆਪਾਂ ਚੱਲੀਏ ਥੱਲੇ ਇਸ ਤੋਂ ਬਾਅਦ ਹੁਣ ਅਗਲੀ ਡੈਸਟੀਨੇਸ਼ਨ 'ਤੇ ਇੱਥੋਂ ਵੀ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਸੀ ਆ ਰਮਨ ਫਿਰਦੀ ਹੈ ਦੁਬਈ ਦੇ ਵਿੱਚ ਵੀ ਗਰੀਨਰੀ ਆ ਬਾਈ ਵਾਹ ਜੀ ਵਾਹ ਪਾਰਕ ਬਹੁਤ ਸੋਹਣਾ ਬਣਿਆ ਬੱਚਿਆਂ ਦੇ ਲਈ ਐਂਡ ਤੁਸੀਂ ਜੇ ਇੱਥੇ ਆਉਂਦੇ ਹੋ ਦੁਬਈ ਤਾਂ ਆਪਦੇ ਬੱਚੇ ਲੈ ਕੇ ਆਓ ਖੇਡੋ ਇੱਥੇ ਐਂਡ ਬਿਲਕੁਲ ਮਾਊਂਟੇਨ ਦੇ ਆਲੇ ਦੁਆਲੇ ਬਣਿਆ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਰਮਨ ਨੂੰ ਆਇਆ ਹੋਇਆ ਭੈਣ ਦਾ ਫੋਨ ਅਤੇ ਐਂਬੂ ਨੂੰ ਦਿਖਾ ਰਿਹਾ ਕਿ ਐਂਬੂ ਨੂੰ ਜਲਾ ਰਹੇ ਹਾਂ ਐਂਬੂ ਨੂੰ ਥੋੜ੍ਹਾ ਜਿਹਾ ਜੈਲਸ ਫੀਲ ਕਰਾ ਰਿਹਾ ਕਿ ਐਂਬੂ ਤੂੰ ਆਈ ਨਹੀਂ ਯੇ ਨਹੀਂ ਉਹ ਨਹੀਂ ਐਕਚੁਲੀ ਐਂਬੂ ਨੇ ਨਾਲ ਆਉਣਾ ਸੀਗਾ ਐਂਬੂ ਦੇ ਇਗਜ਼ਾਮ ਸੀਗੇ ਐਂਬੂ ਦੇ ਇਗਜ਼ਾਮ ਮੁੱਕਿਆ 30th ਐਂਬੂ ਦਿੱਪਨ ਸਿਸਟਰ ਅਤੇ ਇਹਨਾਂ ਨੇ ਆਉਣਾ ਸੀਗਾ ਸੋ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਫਿਰ ਆ ਜਾਵਾਂਗੇ ਇਟਸ ਲਾਈਕ ਅ ਹੋਮ ਨਾਓ ਐਂਡ ਅਸੀਂ ਇਹੀ ਸੋਚਿਆ ਸੀਗਾ ਕਿ ਯਾਰ ਇਟਸ ਅ ਗੁੱਡ ਕੰਟਰੀ ਮਤਲਬ ਜੇ ਕਿਸੇ ਨੇ ਵੀ ਆਉਣਾ ਐਟਲੀਸਟ 15-20 ਡੇਜ਼ ਲੈ ਕੇ ਆਓ ਯਾਰ 5 ਦਿਨਾਂ 'ਚ 4 ਦਿਨਾਂ 'ਚ ਤੁਸੀਂ ਕੁਛ ਨਹੀਂ ਦੇਖ ਸਕਦੇ ਬਹੁਤ ਕੁਛ ਆ ਦੇਖਣ ਨੂੰ ਦੁਬਈ 'ਚ ਬਹੁਤ ਕੁਛ ਆ ਤੁਸੀਂ ਸਰਚ ਕਰੋ ਲੋਟ ਆਫ ਥਿੰਗਸ ਹੁਣ ਮਾਊਂਟੇਨਸ 'ਚ ਆ ਕੇ ਆਏ ਹਾਂ ਇੱਕ ਆ ਨਾ ਉਹਦੇ ਸਾਹਮਣੇ ਦੇਖੋ ਬੀਚ ਸੀ ਬੀਚ 'ਤੇ ਕਿੰਨੇ ਗੇਮਸ ਸੀਗੀਆਂ ਐਂਡ ਹੁਣ ਇੱਕ ਪਾਰਕ 'ਚ ਆਏ ਹਾਂ ਅਤੇ ਇਸ ਤੋਂ ਬਾਅਦ ਹੁਣ ਅੱਗੇ ਚੱਲੇ ਲਓ ਜੀ ਦਿੱਪਨ ਲੈਣ ਲੱਗ ਗਈ ਝੂਟੇ ਆਹ ਚੀਜ਼ਾਂ ਨੇ ਇੱਥੇ ਬਸ ਆਹ ਦੇਖੋ ਬੱਚੇ ਖੇਡ ਰਹੇ ਹਾਂ ਫਲੋਰ ਵੀ ਲਾਈਕ ਰਨਿੰਗ ਵਾਲਾ ਆ ਆਹ ਦੇਖੋ ਕਿੰਨੇ ਸਾਰੇ ਬੱਚੇ ਆਹ ਦੇਖੋ ਕਿੰਨੇ ਸਾਰੇ ਬੱਚੇ ਝੂਟੇ ਲੈਣ ਲੱਗੇ ਹੋਏ ਟੁਗੈਦਰ ਲਾਈਕ 3-4 ਯਾਰ ਇੰਡੀਆ 'ਚ ਵੀ ਇੱਦਾਂ ਦੀਆਂ ਪਾਰਕਸ ਹੋਣੀਆਂ ਚਾਹੀਦੀਆਂ ਨੇ ਲਾਈਕ ਸਪੈਸ਼ਲੀ ਲੁਧਿਆਣੇ ਏਰੀਏ 'ਚ ਆਹ ਦੇਖੋ ਸਾਰੇ ਪਿਕਨਿਕ ਮਨਾ ਰਹੇ ਆ ਲਾਈਕ ਇਟਸ ਅ ਗੁੱਡ ਆਈਡੀਆ ਵੈਸੇ ਹੈ ਨਾ ਬੱਚੇ ਪਿੰਗਾਂ ਝੂਟਦੇ ਆ ਸਾਈਡ 'ਤੇ ਸਾਰੇ ਮਾਂ ਪਿਓ ਬੈਠੇ ਖਾਣਾ ਖਾ ਰਹੇ ਆ ਹਾਂਜੀ ਗੁੱਡ ਸਪੋਰਟ ਨਾਈਸ
ओ वाओ अच्छा एक दूजे नु फड़ना इन्हां ने आए करके ओ नाइस मैनू ना इत्थे बड़ी इंपोर्टेंस दिंदे सारे जणे लाइक जो आख भी आ जाएंगे सर आप यूट्यूबर हो सर आप ऐसे हो सर हमारी फोटो खींच दो हमें वीडियो में ले लो अरे आ गया खोर हबीबी कम टू दुबई ये डिगण के मिल लो वाओ हेलो स्लोली देखो कितना एंजॉय कर रहे बच्चे आज रमन मैडम इतनी छोटी होके खेडन आई है इत्थे इत्थे ना जिन्ने भी लोग कहंदे आ वी गर्मी बहुत आ गर्मी बहुत आ कोई गर्मी नहीं अप्रैल मई जून जुलाई च इन्ना छूगी गर्मी असी 18 सितंबर नूं आए सी इत्थे मतलब उदों थोड़ी जी ह्यूमिडिटी सीगी थोड़ी जी मतलब एज पर इंडिया जमा भी नहीं सी पर थोड़ा ह्यूमिड सीगा असी की कीता असी पहले 5-6 दिन मॉल च ही रहे पहले 5-6 दिन जो मॉल च रहे उस तो बाद जो तुसी बाहर निकले है ना मतलब मौसम पूरा सही हुण पूरा सही मौसम आ सानू 2 घंटे हो गए वॉक करदे नूं कोई गर्मी नहीं आई बिल्कुल थके नहीं नथिंग ऐवी बाड़ियां किसी दियां गल्लां ना सुनिया करो आपदा आना इंजॉय करो एंड थोड़ा मैं एक गल दसा 1 अक्तूबर तो सारे रेट चेंज हो जाते इन्हां दे होटल दे भी घूमन फिरन दे डल्ले भब्बे सब बढ़ जाते जे आना 15 सितंबर तो 30 सितंबर के बच्चे 15 दिन लाओ जिहड़े होटल च मैं रह रहा वो जे मैनू 4000 दिराम का पिया वा तो जो उ मैं 1 अक्तूबर तो करवाता सी तो मैं 6200 दिराम का 19 दिनों का सो डिफरेंस देख रहे हो 1200 किन्ने 2200 दिराम का डिफरेंस है सो इतने सारे रेट चक्के जाते 1 तरीक तो क्योंकि इन्हों ए हों भी 1 तरीक तो साडा सारा सीजन शुरू हो गया एंड तुम गड्डी भी हायर कर सकते हो इंडिया वाले कर सकते कि नहीं मैं नहीं पता मैं इंटरनेशनल लाइसेंस लैके आया तो हजे मैं पता नहीं किया क्योंकि टाइम ही नहीं लगे ना मैं एवें लगे कि मैं गड्डी चाहिए है या कि है ना मतलब कदें कोई आ जाता कदें कोई आ जाता कदें कोई आ जाता लैन तो एंड मेरे अकॉर्डिंग तो तुम आपकी सैल्फ ड्राइव ली गड्डी लो एंड जिन्हें कहें ना इतने भी आह चलान कटाया जाता आह फाइन आ ये फाइन आ वो फाइन आ इन्ने फाइन कोई नहीं पैंदे मैं सारे ना गल करके देखी है वो कहें रेड लाइट क्रॉस ना करो स्पीड ओवर स्पीड ना करो लेन आपके तरीके चेंज करो दैट्स इट इन्ना की तरीके ध्यान रखना सो बी केयरफुल एंड आपका आओ जो भी दुबई आओ 15-20 दिन लैके आओ प्लीज 4 दिन 5 दिन तुम कुछ नहीं देख सकते एक अद्धा रेस्टोरेंट देख के चले जाने और तुम्हें लगता वाओ बहुत सारिया जगह ने यार देखने मैं ना रोज़ मतलब दिन के 3-4 बार आपकी मम्मा ना गल करदा राइट तो भैन का भी मैं फोन आता लेकिन भैन अस 3-4 बार गल करते हैं वट्सअप चलता अभी VPN ऑन किया हो एंड मेरे अकॉर्डिंग बच घरदू भी दिखाओ यार कितने फिरते हैं की करते हैं उन्होंने भी एक्साइटमेंट जो बच्चे गए हुए घूम है ना दैट्स गुड एक फोटो हूँ ये अगे भी हो जाए पिद्दू जहा झरना मैडम कहती फोटो इंस्टाग्राम ले भी चाहिए जी कुछ बहुत सोहनी पार्क बनी है बहुत सोहनी पार्क टनल च कि सोहनी लाइट कि वधिया लाइट भी ऐ लगता भी जिमें आप टनल के अंदर जाई जाने एल्यूजन जिया फील होंदिया ने सी हुण देखो लुक्स वेरी नाइस आप भी हुण गड्डी चला लीए दुबई दे विच देखदे आ की सिस्टम आ 120 दी स्टॉप स्पीड है इत्थे चलो निकलदे आ बाय पंप ते आए हुण कुछ खाण पीण ते गुड़िया ने खानी सीगी आइसक्रीम ते मैं पीऊँगा कॉफी मेरा मन कॉफी दा सो आई गॉट माई कॉफी एंड ये हाफ तो भी घट्ट इन्नी का लेट्स सी टेस्ट कर दें गर्म बहुत सी बस स्वाद बहुत स्ट्रोंग है बहुत ज़्यादा स्ट्रोंग है अंगद यू विल लव इट
चलो हम आप अगे चलीए डिनर करन किते दैन देखते कितने डिनर कर लो हम आप चलीए घर घर चल लगे कुछ रास्ते जो फटते हैं कुछ खाने बिकॉज इट्स टू लेट हूँ आप पहुँच गए डाउन टाउन बस इन क्रॉस करके अपना आ जाता शेख सईद रोड शेख सईद रोड से अपना होटल दुबई का ना मैप बहुत ईजी है बहुत ज़्यादा ईजी है दुबई का मैप आप हम होटल पहुँच चुके हैं तो डिनर असी ऑनलाइन ऑर्डर करता साढ़े होटल पहुँच चुका रूम के बिकॉज लेट बहुत हो रहा है वो ना उन्हें जाना सी मॉर्निंग 7:00 इतने पहुँचना दोबारा कल फिर असं घूम जा रहे हैं वो एंड देखते हैं कल कितने जाने हैं क्योंकि असी वो जगह एक्सप्लोर कर रहे हैं जिड़िया कि मोस्ट ऑफ द टूरिस्ट नहीं जाते बिकॉज ता जो अभी थोड़ा दस सकी कि जगह देखने वाली है कि जगह नहीं आ सू होटल वाले ने दिता एंड असी एंटर किए रूम च ते दानी दे बर्थडे लई दानी दा केक हैप्पी बर्थडे टू यू हैप्पी बर्थडे टू दानी दानी क्लैपिंग हैप्पी बर्थडे टू यू या हैप्पी बर्थडे हैप्पी 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 चलो इना करो बस हैप्पी यम्मी बस और नहीं मीठा मिलना तेनो दैट्स इट अपन ना हम होटल वालिया ने जो आप चैक इन किया इतने होटल वालिया ने मैं दसिया कि दानी का बर्थडे आ एंड असं ये सैलीब्रेट करना है दैट्स इट एंड होटल वालिया ने केक भेजा रूम के साथ चैक इन करने तो पहला केक सानू फ्रिज के एज अ सरप्राइज मिले वेरी गुड यार लाइक होटल वाले ने दिता एंड चलो दानी नहीं खा सकती इन्ना खादा उन्हें छोटी है मिठाई दे सकती मसाला बड़ा छोटी ओके, then see you tomorrow.